स्टार्ट हो गई। यार मालक मेरा नहीं खुश होता मेरे तू। आओ मालक जी। अस्सलाम वालेकुम। वालेकुम सलाम। आओ बैठो। और चौधरी साहब, शुक्र है अल्लाह का जी। वाह वाह जी, तबीयत से ठीक है? ਕਿਵੇਂ ਆ ਜਿੱਦਾਂ ਨੂੰ ਗੇੜਾ ਲਾ ਲਿਆ? ਮੈਂ ਕਿਹਾ ਪਤਾ ਲੈਣਾ ਚਾਹੀਦਾ ਬੰਦਿਆਂ ਦਾ ਕਿ ਹਾਂ ਗਾਰਡ ਦਾ ਪਤਾ ਯਾਰ ਇਸ ਤਰ੍ਹਾਂ ਕੰਮ ਨਹੀਂ ਚੱਲਦਾ ਯਾਰ। ਆਪਣੀ ਬਿੱਲੀ ਨਹੀਂ ਵੀ ਦਿਸਦੀ ਕਿਧਰੇ। ਨਹੀਂ ਜੀ ਆਪਾਂ ਤਾਂ ਬਿਲਕੁਲ VIP ਕਰਕੇ ਆਪਾਂ ਪਹਿਰਾ ਦੇਈਦਾ ਇੱਥੇ। ਆਪਾਂ ਜਿਹੜੀ ਸਿਕਿਉਰਿਟੀ ਗਾਰਡ ਤੁਸੀਂ ਰੱਖਿਆ ਨਾ ਮੈਨੂੰ, ਮੈਂ ਨਾ ਇੱਥੇ ਕੋਈ ਚਿੜੀ ਜਿਹੜੀ ਨਾ ਚਿੜੀ ਪਰ ਨਹੀਂ ਮਾਰ ਸਕਦੀ ਯਾਰ। ਬਿੱਲੀ ਨਹੀਂ ਉਹ ਲੱਭਦੀ ਪਈ। ਮੈਂ 24 ਘੰਟੇ ਆ ਸਾਹਮਣੇ ਅੰਜ ਖਲੋਤਾ ਹੁੰਦਾ। ਬਿੱਲੀ ਨਹੀਂ ਤਾਂ ਆਪਣੀ ਲੱਭਦੀ ਪਈ, ਤੂੰ ਹੀ ਤੂੰ ਆਉਣਾ ਤਨਖਾਹ ਵਧਾਓ ਮੇਰੀ। ਤੁਹਾਡੇ ਸਰ ਬਿੱਲੀ ਉਹ ਵੈਸੇ ਕਿਤੇ ਛੱਤ ਛੁੱਤ 'ਤੇ ਗਈ ਹੋਣੀ? ਨਹੀਂ ਮੈਂ ਸਾਰੇ ਫਿਰਿਆ ਇੱਧਰ ਛੱਡ ਦਾ, ਉਹ ਬਾਰ ਬਾਰ ਸਾਰੇ ਫਿਰਿਆ ਕਿੱਧਰ ਬਿੱਲੀ। ਫਿਰ ਕੋਈ ਚੁੱਕ ਕੇ ਲੈ ਗਿਆ ਹੋਵੇਗਾ, ਲੇਕਿਨ ਮੈਨੂੰ ਨਹੀਂ ਚੀੜੀ ਦਾ ਪਤਾ। ਤੂੰ ਕਾਦਰੀ ਨੌਕਰੀ ਲੱਗਾ ਯਾਰ? ਨਹੀਂ ਜੀ ਮੈਂ ਤੁਹਾਡੇ ਸਾਹਮਣੇ ਇੱਥੇ ਸਾਰੀ ਦਿਹਾੜੀ ਮੈਂ ਇੱਥੇ ਬੈਠਾ ਰਹਿਣਾ, ਠੰਡ 'ਚ ਰਾਤ ਨੂੰ ਬੈਠਾ ਰਹਿਣਾ ਇੱਥੇ। ਉਹ ਯਾਰ ਇੱਥੇ ਬੈਂਡ ਤਾਂ ਮੈਂ ਵੀ ਆ ਕੇ ਬਹਿ ਗਿਆ। ਤੁਸੀਂ 4 ਕੱਪ ਚਾਹ ਦੇ ਕੇ 2 ਟਾਈਮ ਰੋਟੀ ਦੇ ਕੇ ਜਾਂਦੇ ਜੀ, ਗਾਰਡ ਰੱਖਿਆ ਸੀ। ਮਾਲ ਮੋਗੀ ਤੇ 20,000 ਤਨਖਾਹ ਕੀ ਇਹਦੀ? 20,000 ਰੁਪਏ ਤਨਖਾਹ ਹੈ। 20,000 ਰੁਪਏ ਤੈਨੂੰ ਥੋੜੀ ਤਨਖਾਹ ਯਾਰ? ਤੇ ਆ ਅੱਜ ਕੱਲ੍ਹ ਦੌਰ 'ਚ 20,000 ਕੀ ਜਾਂਦੀ ਹੈ? ਮੈਂ ਚੌਧਰੀ ਸਾਹਿਬ ਤੁਸੀਂ ਫਿਰ ਬਿੱਲੀ ਚੋਰੀ ਹੋ ਗਈ ਇੱਥੇ, ਅੱਲਾ ਮਾਫੀ ਦੇ ਕੀ ਹੋ ਗਿਆ ਚੋਰੀ? ਨਹੀਂ ਨਾ ਬਿੱਲੀ ਤੇ ਲੱਭਣੀ ਆ ਆਪਾਂ। ਲੈ ਲੱਭਣੀ ਹੈ ਮਾਲ ਮੋਗੀ ਤੇਰੇ ਵਾਲੀ ਭਾਈ। ਯਾਰ ਚੌਧਰੀ ਸਾਹਿਬ ਐਵੇਂ ਦੀਆਂ ਗੱਲਾਂ ਨਹੀਂ, ਬਿੱਲੀ ਕਿਤੇ ਛੱਤ 'ਤੇ ਗਈ ਕਿਤੇ ਬਾਹਰ ਅੰਦਰ ਪਿੱਛੇ ਆਈ ਹੋਣੀ ਹੈ। ਕੋਈ ਤੁਸੀਂ ਲੋਕੀ ਆਉਂਦੇ ਸਾਡੀਆਂ ਤਨਖਾਹਾਂ ਵਧਾਓ ਯਾਰ, ਕੋਈ ਗੱਲ ਕਰਨ ਵਾਲੀ? ਯਾਰ ਚੌਧਰੀ ਐਵੇਂ ਨਾ ਗੱਲਾਂ ਮਾਰਿਆ ਕਰ ਯਾਰ, ਬਿੱਲੀ ਆ ਗਈ ਇਹਦੀ ਕੋਠੇ ਕਿਤੇ ਗਈ ਹੋਣੀ ਹੈ, ਕਿਤੇ ਅੱਗੇ ਪਿੱਛੇ ਝਾੜੀਆਂ ਝੂੜੀਆਂ 'ਚ ਬੈਠੀ ਹੋਣੀ ਯਾਰ, ਲੁੱਕ ਕੇ ਵਿਚਾਰੀ। ਵਾਲੇਕੁਮ ਸਲਾਮ। ਗੱਲ ਸੁਣ ਕੌਣ ਭਾਈ? ਗੱਲ ਸੁਣ ਲਓ ਤੁਸੀਂ ਕੀ ਬੋਲੇ ਜੇ। ਹਾਂਜੀ ਹਾਂਜੀ ਆਓ ਜੀ। ਵਾਲੇਕੁਮ ਸਲਾਮ। ਸਲਾਮ ਤੇ ਲਾ ਲਓ, ਕੀ ਹੋ ਗਿਆ? ਹੋਰ ਸੁਣਾਓ ਜੀ। ਅੱਲਾਹ ਪਾਕ ਦਾ ਸ਼ੁਕਰ ਹੈ ਜੀ ਆਪਣੇ। ਐਵੇਂ ਬਾਤ, ਬਿੱਲੀ ਚੋਰੀ ਹੋ ਗਈ ਹੈ ਤੇ ਇਹ ਹੋ ਗਿਆ, ਵੀ ਤੁਹਾਡਾ ਕੋਈ ਇੱਥੇ ਕੋਈ ਟਰੈਕਟਰ ਚੋਰੀ ਹੋ ਗਿਆ? ਉਹ ਕਮਾਲ ਮੋਗਿਓ, ਤੈਨੂੰ ਮੈਂ ਤਨਖਾਹ ਦੇਣਾ ਵਾ, ਫਿਰ ਤੂੰ ਉਹ ਵੇਖ ਲੈ ਬੰਦੇ ਨੂੰ ਕੁਸਾ। ਤਨਖਾਹ 20,000 ਤਨਖਾਹ ਦਿੰਦੇ ਜੀ ਵੀ ਬਿੱਲੀ ਚੋਰੀ ਹੋ ਗਈ? ਲਓ ਭਾਈ ਜੀ ਤੁਸੀਂ ਦੱਸੋ ਬਿੱਲੀ ਇੱਕ ਚੋਰੀ ਹੋ ਕਿੱਥੇ? ਛੱਤ ਤੇ ਇੱਧਰ ਉੱਧਰ ਆਈ ਹੋਣੀ ਕਿਤੇ, ਬਾਲਾਂ 'ਚ ਲੁੱਕ ਬੈਠੀ ਸੀ ਵਾਲੇ ਜੰਗਲੀ ਬਿੱਲੀ ਆ। ਮੈਂ ਬਿੱਲੀ ਲਿਆਂਦੀ, ਪੈਸੇ ਭਰ ਕੇ ਬਿੱਲੀ ਆਂਦੀ ਮੈਂ ਲਿਆਂਦੀ। ਮੈਂ ਕਹਿੰਦੀ ਗਾਰਡ ਰੱਖੇ ਜੀ? ਮੈਂ ਗਾਰਡ ਆਂ ਜੀ ਇੱਥੇ। ਇਹ ਗਾਰਡ ਨੇ ਜੀ? ਹਾਂਜੀ। 20,000 ਰੁਪਏ ਤਨਖਾਹ ਦਿੰਦੇ ਨੇ ਸਾਰੀ, 2 ਟਾਈਮ ਰੋਟੀ ਤੇ 4 ਕੱਪ ਚਾਹ ਦੇ। ਇੰਨਾ ਨਹੀਂ ਹੁੰਦਾ ਵੀ ਗਾਰਡ ਸਾਰੀ ਰਾਤ ਇੱਥੇ ਠੰਡ 'ਚ ਬੈਠਾ ਰਹਿੰਦਾ, ਕੋਈ 4 ਅੰਡੇ ਦੇ ਦੇ। ਓਏ ਯਾਰ ਮੈਂ ਆਖੋ ਤੂੰ ਅੰਡੇ, ਤੈਨੂੰ ਚਾਹੀਦੇ ਤੂੰ ਮੰਗ। ਇਹਦੇ ਦਾ ਹੱਕ ਬਣਦਾ ਪਰ ਭਾਈ ਜੀ ਬਿੱਲੀ ਚੋਰੀ ਹੋ ਗਈ ਲੋ ਇਹਨਾਂ ਦੀ। ਹਾਂ ਤੇ ਅੰਡੇ ਤੇ ਬੰਦੇ ਇੱਕ ਫਰਜ਼ ਕਰ ਲੋੜ ਇਹਨੂੰ ਅੰਡਿਆਂ ਦੀ, ਮੈਂ ਸੁਨੇਹਾ ਕਰਦਾ ਚੋਰ ਸਾਹਿਬ ਅੰਡੇ ਖਲਾਇਓ ਨਾ ਆਉਂਦੇ ਤੇ ਫਿਰ ਗੱਲ ਕਰ। ਗਾਰਡ ਦੇ ਮੰਮੀ ਲੱਭਦਾ ਫਿਰਨਾ ਵਾ। ਭਾਈ ਜੀ ਗੱਲ ਸੁਣ ਮੇਰੀ, ਤੁਸੀਂ ਗੱਲ ਲੱਭ ਰਹੇ ਜੀ? ਹਾਂਜੀ। ਮੈਂ ਇਹਦੇ ਕੋਲ ਛੁੱਟੀ ਕਰਨਾ ਤੇ ਮੈਨੂੰ ਤੁਹਾਡੇ ਨਾਲ। ਬਸ ਠੀਕ ਹੈ ਯਾਰ, ਤੂੰ ਆਪਣਾ ਬੰਦਾ ਲੱਭ ਲੈ, ਮੈਂ ਨਹੀਂ ਰਹਿਣਾ ਤੇਰੇ ਨਾਲ, ਤੈਨੂੰ ਮੇਰੀ ਬਸ ਗੱਲ ਖਤਮ। ਤੁਸੀਂ ਉਸ ਭਾਈ ਨਾਲ ਜਾਣਾ? ਮੈਂ ਉਹਦੇ ਨਾਲ ਉਹ ਗੱਲ ਬਣਾ, ਮੈਂ ਗਾਰਡ ਲੱਭਦਾ ਫਿਰਨਾ ਵਾ, ਪਲਾਟ ਲਿਆ ਇੱਕ। ਅੱਛਾ ਤੇ ਆਇਓ ਭਾਈ ਯਾਰ, ਮਾਲਕ ਆਪਣਾ ਬੰਦਾ ਲੱਭ ਤੂੰ ਚੌਧਰੀ। ਸੁਣ ਬੱਤੇ ਹਿਸਾਬ ਕਰਕੇ ਜਾਣਾ ਕਿ ਹੁਣ ਐਵੇਂ ਤੁਰ ਪੈਣੇ ਭਾਈ? ਆਪ ਯਾਰ ਹਿਸਾਬ ਕਰ ਲਾਂਗੇ ਯਾਰ, ਹਿਸਾਬ ਕਰਕੇ ਜਾਣਾ ਯਾਰ, ਕਰ ਲਾਂਗੇ ਹਿਸਾਬ, ਤੂੰ ਰਹਿਣ ਦੇ। ਆਓ ਭਾਈ ਸਾਹਿਬ ਆਓ ਤੁਸੀਂ, ਉਹਨਾਂ ਨੂੰ ਗਾਰਡ ਚਾਹੀਦਾ ਯਾਰ। ਓ ਯਾਰ ਇੱਥੇ ਵੀ 25,000 ਰੁਪਈਆ ਤਨਖਾਹ ਹੈ। ਅੱਛਾ ਤੈਨੂੰ ਜ਼ਿਆਦਾ ਤਨਖਾਹ ਦੇ ਰਿਹਾ ਹੁਣੇ ਨਾ। ਉਹ ਗੱਲ ਸੁਣੋ ਮੇਰੀ, ਹਿਸਾਬ ਤੋਂ ਬਗੈਰ ਮੈਂ ਗਾਰਡ ਤੇ ਨਾ ਜਾਣ ਦਿੰਦਾ, ਮੇਰਾ ਹਿਸਾਬ ਹੋ ਲੈਣ ਦੇ। 3 ਟਾਈਮ ਦੀ ਰੋਟੀ ਹੈ ਭਾਈ ਜਾਨ। ਹਾਂਜੀ। ਨਾਮ ਕੀ ਭਾਈ ਜਾਨ ਦਾ? ਮੇਰਾ ਨਾਂ ਬਿਲਾਵਲ ਜੀ। ਬਿਲਾਵਲ ਭਾਈ, 3 ਟਾਈਮ ਦੀ ਰੋਟੀ ਹੈ, 2 ਟਾਈਮ ਚਾਹ ਹੈ। ਹੂੰ। ਤੇ ਸਰਦੀਆਂ 'ਚ ਚਾਹ ਦੇ ਨਾਲ ਆਂਡਾ। ਲਓ ਇਹਨੂੰ ਆਂਦੇ ਨੇ ਗਾਰਡ ਰੱਖਣਾ। ਠੀਕ ਹੈ। ਸਾਨੂੰ ਗਾਰਡ ਹੀ ਨਹੀਂ ਰੱਖਣਾ। ਆਓ ਬੈਠੋ ਭਾਈ ਬੈਠੋ। ਓਏ ਆਂਡਾ ਤੈਨੂੰ ਅਸੀਂ ਵੀ ਦੇਵਾਂਗੇ, ਤੂੰ ਘਬਰਾਨਾ ਪਿਆ, ਸਾਰਾ ਕੁਝ ਤੇਰੇ ਨਾਲ ਕਰਾਂਗੇ। ਤੇ ਗਰਮੀਆਂ 'ਚ ਹਾਂਜੀ ਠੰਡਾ ਸ਼ਰਬਤ। ਲਓ ਜਾਮੇ ਸ਼ੀਰੀ ਵਾਲਾ। ਵਾਹ। ਦੂਸਰੀ ਇੱਕ ਹੋਰ ਵੀ ਇਹਦੇ ਚ ਹੈਗੀ ਹੈ ਜੀ, ਮੌਸਮੀ ਫਲ ਤੁਹਾਨੂੰ ਮਿਲੇਗਾ ਸਾਰਾ। ਹੋਰ ਮੈਨੂੰ ਕੀ ਚਾਹੀਦਾ ਯਾਰ, ਮੈਂ ਨਹੀਂ ਲੜ ਰਹਿੰਦਾ ਤੇਰਾ। ਉਹ ਭਾਈ ਆਪਾਂ ਚੱਲ ਰਹੇ ਹਾਂ ਨਾ, ਹੁਣ ਅੱਜ ਕੱਲ ਮਾਲਟਿਆਂ ਦਾ ਅਮਰੂਦਾਂ ਦਾ ਇਹ ਮੌਸਮ ਹੈ ਨਾ। ਵਾਹ 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 ਵਾਹ। ਤੇ ਤੁਹਾਨੂੰ ਨਾਲ ਰੋਟੀ ਦੇ ਫਰੂਟ ਵੀ ਦਿੱਤਾ ਜਾਏ। ਹਾਏ ਹਾਏ, ਹੋਰ ਕੀ ਚਾਹੀਦਾ? ਤੂੰ 2 ਟਾਈਮ ਰੋਟੀ ਦੇ ਕੇ ਮੰਗਵੇਂ ਸਾਲਣ ਦੀ, ਤੂੰ ਆਨਾ ਬਿੱਲੀ ਮੇਰੀ ਚੋਰੀ ਹੋ ਗਈ, ਮੈਂ ਉਹਦੇ ਰਖਵਾਲੀ ਕੀ ਕਰਾਂ? ਮੈਂ ਗਵਾਂਢੀਆਂ ਕੋਲ ਲੈ ਕੇ ਆਉਣਾ ਜਾਵਾ ਜੇ ਤੇਰੇ ਤੇ। ਆਓ ਭਾਈ ਆਪਾਂ ਚੱਲਦੇ ਆਂ। ਓਏ 25,000 ਰੁਪਏ ਗੱਲ ਸੁਣ ਮੇਰੀ। ਲੋ ਇਹ ਜਿਹਦੇ ਨਾਲ ਲੋਕਾਂ 'ਚ ਵਾਧਾ, ਜਾਣ ਲੱਗੇ ਅਗਲੇ ਘਰ ਦੀ ਬੇਇੱਜ਼ਤੀ ਕਰਕੇ ਸੜਕੇ ਲੱਗ ਜਾਂਦੇ ਨੇ। 2 ਗਾਰਡ ਰੱਖੇ ਨੇ ਜੀ, 2 ਗਾਰਡ ਰੱਖਣੇ ਨੇ। ਵਾਹ 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 ਭਾਈ ਜੀ, ਤਿਆੜੀ ਵੇ 2 ਤਨਹਾਰ, 1 ਰਾਤ ਦਾ 1 ਦਿਨ ਦਾ। ਓ ਭਾਈ ਜੀ ਤਿਆੜੀ ਵੀ ਬੇਇੱਜ਼ਤੀ ਹੋਣੀ ਜੇ। ਮਹੀਨੇ 'ਚ 2 ਛੁੱਟੀਆਂ ਮਿਲਣਗੀਆਂ ਤੁਹਾਨੂੰ। ਵਾਹ 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 ਵਾਹ। ਤੇ ਕੋਈ ਬਿਮਾਰ ਸ਼ਮਾਰ ਇਹਨੂੰ ਆਂਦੇ ਨੇ ਚੌਧਰੀ? ਓ ਤੂੰ ਯਾਰ ਜਿਹੜੀਆਂ ਡਿਮਾਨਾਂ ਨਾ ਹੱਦੇ, ਮੈਨੂੰ ਜਿਵੇਂ ਤੇਰੇ ਨਾਲ ਤੁਰ ਗਿਆ, ਤੂੰ ਦਿਨ ਤੇਰੇ ਕੋਲ ਔਖੀਆਂ ਹੋ ਜਾਣੀਆਂ ਨੇ। ਤੂੰ ਲੈ ਜਾ ਬਲਾ ਤੂੰ, ਮੈਂ ਨਹੀਂ ਤਾਂ, ਲੇਕਿਨ ਮੇਰਾ ਹਿਸਾਬ ਹੋ ਲੈਣ ਦੇ।
ਚਲੋ ਭਾਈ ਆਪਾਂ ਚੱਲਦੇ ਆ ਜੋ ਕਰਨੀ ਕਿਥੇ ਆਪਾਂ ਤੁਸੀਂ ਤੌਖਿਆ ਹੋ ਜਾਣਾ ਸਹੂਲਤਾਂ ਨਹੀਂ ਇਹਨੇ ਚਾਹੀਦਾ ਮੁਲਾਜ਼ਮਾਂ ਨੂੰ ਹਾਂਜੀ ਇਹਨੀਆਂ ਸਹੂਲਤਾਂ ਨਹੀਂ ਦੇਈਦੀਆਂ ਖਰਾਬ ਹੋ ਜਾਂਦੇ ਨੇ ਉਹ ਵੀ ਘਰੋਂ ਰੋਜ਼ੀ ਕਮਾਉਣ ਤੁਰੇ ਨੇ ਸਹੂਲਤਾਂ ਉਹਦੇ ਕੋਲ ਹੈ ਨੇ ਸਾਰੀਆਂ ਵੇ ਆਂਡੇ ਦੇ ਰਹੇ ਮਲਟੇ ਸਾਰਾ ਕੁਝ ਫਰੂਟ ਦੇ ਰਿਹਾ ਚਾਹ ਦੇ ਰਿਹਾ ਚਾਹ ਦੇਾਂਗੇ ਸਰਦੀ ਚ ਗਰਮੀਆਂ ਚ ਸਕੰਜਵੀ ਦੇ ਰਿਹਾ ਚੱਲ ਸਵੇਰ ਤੈਨੂੰ ਮੈਂ ਇੱਕ ਆਂਡਾ ਦੇ ਦਿਆਂਗਾ ਭਾਈ ਦੱਸੋ ਤੁਸੀਂ ਲੈ ਇੱਕ ਆਂਡਾ 25000 ਤਨਖਾਹ ਦੇ ਰਿਹਾ ਗੱਲ ਸੁਣ ਨਾ ਜਾ ਗੱਲ ਸੁਣ ਮੇਰੀ ਮੈਨੂੰ ਹੋ ਜਾ ਮੇਰੇ ਕੰਮ ਗੱਲ ਕੀਤੀ ਯਾਰ ਚੌਧਰੀ ਸਾਹਿਬ ਮੈਂ ਨਹੀਂ ਲੈਣਾ ਉਹ ਭਾਈ ਆ ਗਏ ਨੇ ਮੈਂ ਉਹਨਾਂ ਨਾਲ ਜਾਵਾਂਗਾ ਭਾਈ ਤੁਸੀਂ ਦੱਸੋ ਕੋਠੀ ਨੰਬਰ ਮੈਂ ਸਵੇਰੇ ਪਹੁੰਚ ਜਾਵਾਂਗਾ ਕੋਠੀ ਨੰਬਰ ਨਹੀਂ ਆਇਆ ਜੀ ਉੱਥੇ ਪਲਾਟ ਇੱਕ ਆਹੋ ਇਹਨਾਂ ਸੁੱਕਾ ਹੀ ਰੱਖੋ ਠੀਕ ਹੈ ਅੱਜ ਨੂੰ ਜਾਈਏ ਨਾ 12 ਵਾਲ ਨੂੰ ਤੇ ਨਾਲ ਹੁੰਦਾ ਗੰਦਾ ਨਾਲਾ ਆਹੋ ਸੇਮ ਨਾਲਾ ਹਾਂਜੀ ਹਾਂਜੀ ਉਹਦੇ ਨਾਲ ਆਪਣਾ ਬਿਲਕੁਲ ਪਲਾਟ ਜਗ੍ਹਾ ਆਈ ਜੇ ਪਾਸ ਇਹਨਾਂ ਦੀ ਚੌਕੀਦਾਰੀ ਕਰਨੀ ਹੈ ਕਿੱਥੇ ਆ ਇੱਥੇ ਸੇਮ ਨਾਲੇ ਦੇ ਨਾਲ ਜਗ੍ਹਾ ਤੁਸੀਂ ਉੱਥੇ ਚੌਕੀਦਾਰੀ ਕਰਨੀ ਹੈ ਕਿੱਥੇ ਨਾਲੇ ਤੇ ਹਾਂ ਨਾਲੇ ਦੇ ਨਾਲ ਪਲਾਟ ਨਹੀਂ ਨਾਲੇ ਤੇ ਨਹੀਂ ਨਾਲੇ ਦਾ ਆਪਾਂ ਨੂੰ ਕੋਈ ਫਾਇਦਾ ਨਾਲੇ ਦੇ ਨਾਲ ਪਲਾਟ ਆਉਂਦੇ ਨੇ ਨਾਲੇ ਦੇ ਨਾਲ ਆਪਣਾ ਪਲਾਟ ਹੈ ਖਾਲੀ ਠੀਕ ਹੈ ਤੇ ਉੱਥੇ ਹੈਗੀ ਸੇਮ ਅੱਛਾ ਉੱਥੇ ਮਤਲਬ ਸਮਾਨ ਸਮੂਹ ਰੱਖਿਆ ਹੋਣਾ ਉਹਨਾਂ ਨੇ ਨਹੀਂ ਨਹੀਂ ਸਮਾਨ ਨਹੀਂ ਰੱਖਿਆ ਅਜੇ ਹਾਂਜੀ ਨਹੀਂ ਉੱਥੇ ਕਰਨੀ ਤੁਸੀਂ ਚੌਕੀਦਾਰੀ ਫਿਰ ਕਿੱਥੇ ਉਹ ਪਲਾਟ ਜਿਹੜਾ ਮੈਂ ਤੁਹਾਨੂੰ ਦੱਸਣ ਡਿਆ ਤੁਹਾਡਾ ਕੰਮ ਹੀ ਹੋਣਾ ਜਦੋਂ ਨਹੀਂ ਕੋਠੀ ਕੋਠੀ ਦੀ ਬਣੀ ਕੋਠੀ ਨਹੀਂ ਅਜੇ ਬਣੀ ਕੀ ਭਾਈ ਉੱਥੇ ਕੋਈ ਸਮਾਨ ਸਮੂਨ ਪਿਆ ਹੋਇਆ ਕਿਤੇ ਰਖਵਾਲੀ ਹਾਂਜੀ ਤੁਹਾਡਾ ਪਤਾ ਕੀ ਕੰਮ ਹੋਣਾ ਮੈਂ ਬਾਹਰੋਂ ਆਵਾਂ ਆ ਕੇ ਮੈਂ ਦਰਵਾਜ਼ੇ ਦੇ ਅੱਗੇ ਹਾਰਨ ਮਾਰਾਂ ਪੀ ਪੀ ਤੀਸਰਾ ਹਾਰਨ ਨਹੀਂ ਵੱਜਣਾ ਚਾਹੀਦਾ ਖਾਲੀ ਗੇਟ ਖੋਲ ਦੇਣਾ ਖਾਲੀ ਪਲਾਟ ਤੇ ਹਾਂ ਹਾਂ ਤੇ ਉਹ ਭਾਈ ਕੀ ਖੈਰ ਤੇ ਹੈ ਤੈਨੂੰ ਕੋਈ ਕੋਈ ਇਲਾਜ ਲੂਜ ਕਰਾ ਆਪਣਾ ਖਾਲੀ ਪਲਾਟ ਤੋਂ ਟੁੱਟੀ ਟੀ ਕੀ ਕਰਨ ਆਣਾ ਯਾਰ ਹਾਂਜੀ ਹਾਂਜੀ ਮੈਂ ਆਵਾਂ ਕਰਾਂਗਾ ਨਾ ਖਾਲੀ ਪਲਾਟ ਦੀ ਕੌਣ ਰਖਵਾਲੀ ਕਰਾਂਦਾ ਯਾਰ ਮੈਂ ਆਵਾਂ ਕਰਾਂਗਾ ਉੱਥੇ ਓ ਭਾਈ ਗਾਰਡ ਤੇ ਹੁਣ ਜਾ ਨਾ ਹੁਣ ਗੱਲ ਫੁੱਲ ਫੁੱਲ ਲੱਗੇ ਨੇ ਉੱਥੇ ਯਾਰ ਸੋਰੀ ਇੱਕ ਮਿੰਟ ਚੌਧਰੀ ਸਾਹਿਬ ਗੱਲ ਕਰਨਾ ਤਾਂ ਫੁੱਲ ਲੱਗੇ ਨੇ ਉੱਥੇ ਕਿੱਥੇ ਫੁੱਲ ਲੱਗੇ ਨੇ ਖਾਲੀ ਪਲਾਟ ਦੇ ਤੇ ਤੁਹਾਡਾ ਕੰਮ ਹੈ ਵੀ ਉੱਥੇ ਪਾਣੀ ਪਾ ਦੇਣਾ ਕਰਨਾ ਫੁੱਲਾਂ ਨੂੰ ਕਿੱਥੋਂ ਉੱਥੋਂ ਹੀ ਮੋਟਰ ਲੱਗੀ ਉੱਥੇ ਨਹੀਂ ਨਹੀਂ ਤੇ ਤੂੰ ਭਾਈ ਕੋਈ ਮਾਲੀ ਮੂਲੀ ਲੱਭ ਰਿਹਾ ਕੋਈ ਪੌਦਿਆਂ ਦੀ ਸਾਂਭ ਲਈ ਤੂੰ ਲੈ ਨਗਾੜ ਆ ਗਿਆ ਚਲੋ ਅੱਲਾ ਖੈਰ ਕਰ ਲੱਭ ਕੇ ਆ ਜਾਣ ਲੈ ਜਾ ਭਾਈ ਮੇਰੇ ਨਾਲ ਗੱਲ ਕਰ ਇੱਕ ਚੌਧਰੀ ਸਾਹਿਬ ਮੈਂ ਤੁਹਾਡੇ ਹੁਣੇ ਗੱਲ ਕਰਨਾ ਉੱਥੇ ਤਾਂ ਭਾਈ ਕਹਿ ਰਹੇ ਤੈਨੂੰ ਮੈਂ ਉਧਰ ਵੀ ਰੋਕਰੀ ਛਡਾ ਲਈ ਯਾਰ ਮੈਂ ਆਵਾਂ ਕਰਾਂ ਕਿੱਥੋਂ ਗੱਡੀ ਖਿਲਾ ਰਹਾ ਨਾ ਜਦੋਂ ਤੁਹਾਡਾ ਕੰਮ ਹੈ ਤੁਸੀਂ ਨਾ ਗੱਡੀ ਧੋ ਦਿਆ ਕਰੋ ਕਾਹਦੇ ਨਾ ਪਾਣੀ ਨਾ ਧੋਣੀ ਗੱਡੀ ਚੌਧਰੀ ਸਾਹਿਬ ਖੈਰ ਹੈ ਤੁਹਾਨੂੰ ਕੀ ਮਤਲਬ ਕੀ ਤੂੰ ਮੈਨੂੰ ਕੀ ਕੋਈ ਖੁਦਾ ਦਿਓ ਬੰਦੇ ਹੋ ਖੁਦਾ ਦਾ ਖੌਫ ਕਰੋ ਤੇ ਵੀਰਾਨੇ ਚ ਪਲਾਟ ਤੂੰ ਦੱਸ ਰਹੇ ਯਾਰ ਉਹ ਤੂੰ ਕੀ ਚੋਰੀ ਹੋ ਜਾਏਗਾ ਗੱਲ ਸੁਣੋ ਭਾਈ ਯਾਰ ਕੋਈ ਕੋਠੀ ਹੁੰਦੀ ਸਮਾਨ ਤੁਸੀਂ ਭਾਵੇਂ ਖਾਲੀ ਜਗ੍ਹਾ ਦਿਵਾ ਜਾਓ ਉਹਨੂੰ ਉਹਦਾ ਕੰਮ ਕੀ ਗਾਰਡ ਦਾ ਯਾਰ ਮੈਂ ਕਰਨਾ ਕੀ ਦੱਸਣਾ ਵਾ ਮੈਂ ਜਿੱਥੇ ਕੋਈ ਰਹਿਸ਼ ਨਹੀਂ ਹੈ ਉਹ ਗੱਲ ਸੁਣੋ ਗਾਰਡ ਆ ਬੈਠਾ ਨਾ ਆਵੇ ਨਾ ਕੁਰਸੀ ਤੇ ਬੈਠਾ ਸੀ ਕੁਝ ਆਸਰੇ ਤੇ ਬੈਠਾ ਆਸਰੇ ਮੈਨੂੰ ਮੈਂ ਕਿਹੜਾ ਉਹਨਾਂ ਨੂੰ ਨਹੀਂ ਬਾਤ ਕਰਦਾ ਮੈਂ ਕਿਹੜਾ ਉਹਨਾਂ ਨੂੰ ਕੰਡਿਆਂ ਤੇ ਬਾਣ ਲਗਾ ਯਾਰ ਮੇਰੀ ਗੱਲ ਸੁਣ ਮੈਂ ਤੈਨੂੰ ਰੱਖਦਾ ਪਾਈਆ ਉਹਨਾਂ ਦੇ ਨਾਲ ਜਾ ਗਾ ਯਾਰ ਚੌਧਰੀ ਸਾਹਿਬ ਮੇਰੀ ਗੱਲ ਸੁਣ ਉਹ ਭਾਈ ਮੇਰੀ ਗੱਲ ਸੁਣ ਇੱਥੇ ਹੈ ਨਾ ਸਮਾਨ ਮੈਂ ਰਖਵਾਲੀ ਕਰ ਰਿਹਾ ਇੱਥੇ ਹਾਂਜੀ ਰਖਵਾਲੀ ਹੋਵੇ ਕਿਸੇ ਸ਼ਹਿਰ ਦੀ ਤੇ ਫੇਰ ਹੀ ਉਦੋਂ ਕੋਈ ਚੀਜ਼ ਚੋਰੀ ਹੁੰਦੀ ਹੈ ਹੁਣ ਇਹਨਾਂ ਦੀ ਬਿੱਲੀ ਚੋਰੀ ਹੋ ਗਈ ਹੈ ਹੁਣ ਤੁਹਾਡੀ ਉਹਨੇ ਸ਼ਹਿ ਹੀ ਕੋਈ ਨਹੀਂ ਤੇ ਉੱਥੇ ਕੀ ਰਖਵਾਲੀ ਕਰਾਂਗਾ ਯਾਰ ਮੈਂ ਮੇਰੀ ਗੱਲ ਸੁਣੋ ਨਾ ਭਈਆ ਤੁਸੀਂ ਤੇ ਮੇਰੀ ਗੱਲ ਨਹੀਂ ਸੁਣ ਰਹੇ ਮੈਂ ਤੈਨੂੰ ਤਾਂ ਜਾਣ ਦੇਣਾ ਮੈਂ ਉੱਥੇ ਆਣਾ ਕਰਨਾ ਜਦੋਂ ਕਿੱਥੇ ਗੱਡੀ ਤੇ ਹੋਣੀ ਕਰਨੀ ਨਾ ਪਲਾਟ ਦੀ ਹੋਣਾ ਤੁਸੀਂ ਸ਼ਹਿ ਹੀ ਕੋਈ ਨਹੀਂ ਲੈਣ ਕੀ ਹੋਣਾ ਤੁਸੀਂ ਵੀ ਆਈ ਯਾਰ ਨੂੰ ਵੀ ਆਇਆ ਇਹ ਵਿਚਾਰਾ ਉੱਠ ਕੇ ਕੀ ਕਰੇਗਾ ਇਹ ਉੱਠ ਕੇ ਮੈਨੂੰ ਸਲੂਟ ਮਾਰੇ ਕਰੇਗਾ ਲੈ ਸਲੂਟ ਵੱਜ ਗਿਆ ਅੱਗੂ ਕੀ ਕਰੇਗਾ ਅੱਗੂ ਬਸ ਗੱਡੀ ਧੋ ਦੇਵੇ ਕਰੇ ਜਦ ਮੈਂ ਆਵਾਂ ਅਸੀਂ ਪਧਰੇ ਦੁੱਧ ਕੋ ਨਹੀਂ ਬੈਠਾ ਜਾਣਾ ਆ ਤੋ ਉਹ ਤੋਂ ਵਿਚਾਰਾ ਕਹਿ ਗਿਆਂਗੇ ਉਹ ਯਾਰ ਗਵਾਲੀ ਕਰਨੀ ਕਾਦੀ ਆ ਯਾਰ ਮੈਂ ਗੱਡੀ ਦੀ ਲੈ ਜੋ ਹਾਲ ਗੱਡੀ ਕਿੱਥੇ ਖਲਾਰੇਗਾ
ਗੱਡੀ ਪਲਾਟ ਤੇ ਤੇ ਪਲਾਟ ਚ ਕੀ ਹੈ ਪਲਾਟ ਚ ਗੱਡੀ ਤੇ ਮੈਂ ਰਹਿਣਾ ਕਿੱਥੇ ਆ ਉੱਥੇ ਹੀ ਕਿੱਥੇ ਬਦਰੇ ਤੇ ਪਲਾਟ ਤੇ ਬਦਰੇ ਤੇ ਰਹਿਣਾ ਜੀ ਚੌਧਰੀ ਸਾਹਿਬ ਬਦਰੇ ਤੇ ਰਹਿਣਾ ਜੀ ਤੈਨੂੰ ਤਾਂ ਸੁੱਖ ਜਿਹੜਾ ਤੁਹਾਨੂੰ ਪਚਦਾ ਨਹੀਂ ਗੱਲ ਹੈ ਮੈਂ ਮਾੜੇ ਬੰਦੇ ਨੂੰ ਸੁੱਖ ਪਚਦਾ ਨਹੀਂ ਯਾਰ ਚੌਧਰੀ ਸਾਹਿਬ ਮੈਂ ਮਜ਼ਾਕ ਲੱਗਾ ਹੀ ਤੁਹਾਡੇ ਨਾਲ ਯਾਰ ਭਾਈ ਕੀ ਗੱਲ ਖੈਰ ਤੇ ਆ ਤੈਨੂੰ ਯਾਰ ਪਲਾਟ ਤੇ ਰਹਿਣਾ ਗੱਡੀ ਪਲਾਟ ਚ ਖਲੋਤੀ ਹੋਣੀ ਹੈ ਠੀਕ ਹੈ ਧੁੱਪੇ ਨਹੀਂ ਨਹੀਂ ਉੱਤੇ ਕਵਰ ਪਾਣਾ ਤੂੰ ਉਹ ਉਹਦੀ ਜ਼ਿੰਮੇਵਾਰੀ ਕਿ ਤੂੰ ਤੇਰਾ ਕੰਮ ਨਹੀਂ ਆ ਤੈਨੂੰ ਤਨਖਾਹ ਦੇਣੀ ਹੈ ਉਹ ਭਾਈ ਤੂੰ ਕੀ ਯਾਰ ਕੋਈ ਨੌਕਰ ਨੂੰ ਕੋ ਲੱਭ ਰਿਹਾ ਮੈਂ ਗਾਰਡ ਆ ਯਾਰ ਬੂਹੇ ਦੇ ਬਾਹਰ ਬੈਠਾ ਹੁਣਾ ਯਾਰ ਗੱਲ ਸੁਣ ਨਾ ਬਾਹਰ ਉਸਕਾ ਤੂੰ ਕੋਈ ਬੰਦਾ ਇੱਕ ਤਾਂ ਛੁੱਟੀ ਕਰ ਲਵੇ ਤੇ ਦੂਸਰੇ ਬੰਦੇ ਦਾ ਕੰਮ ਬਣਦਾ ਨਾ ਵੀ ਯਾਰ ਉਹਦੇ ਸਰੀ ਕੰਮ ਕਰ ਦੇ ਗਾਰਡ ਗਾਰਡ ਨੂੰ ਕਰਨਾ ਚਾਹੀਦਾ ਮੈਂ ਕਰਨਾ ਚਾਹੀਦਾ ਯਾਰ ਇਹ ਮੇਰੇ ਕੋ ਹਾਂਡੀਆਂ ਪਕਵਾਏਗਾ ਯਾਰ ਜੀ ਮੇਰੇ ਹਿਸਾਬ ਦੱਸ ਰਿਹਾ ਯਾਰ ਅੱਜ ਕੱਲ ਦਾ ਤੇ ਮੇਰਾ ਤਾਂ ਵੱਡਾ ਹਾਂਡੀ ਨਹੀਂ ਹਾਂਡੀ ਰੋਟੀ ਪੱਕੀ ਇਹਨੂੰ ਤੈਨੂੰ ਕੋਈ ਆਲ ਰਾਉਂਡਰ ਗਾਰਡ ਚਾਹੀਦਾ ਵੀ ਜਿਹੜਾ ਤੇਰਾ ਹਰ ਕੰਮ ਹੀ ਕਰੇ ਤੂੰ ਭਾਈ ਕੋਈ ਹੋਰ ਲੱਭ ਜਾ ਕੇ ਯਾਰ ਯਾਰ ਧਵਾਣਿਆ ਉਹ ਕੋਲੋਂ ਲੈ ਕੱਪੜੇ ਧੋਬੀ ਧੋ ਕੇ ਦੇਖ ਇਹ ਤੇਰਾ ਫੈਸਲਾ ਮੇਰੇ ਹਾਲ ਕਿਵੇਂ ਨਾ ਮੈਂ ਦੇਣਾ ਤੂੰ ਜਾ ਚੌਧਰੀ ਸਾਹਿਬ ਆਪਣੇ ਕੋ ਲੈਣ ਗਿਆ ਯਾਰ ਇੱਥੇ 25000 ਤਨਖਾਹ ਉਹ ਯਾਰ 25000 ਨੂੰ ਕਰਨਾ ਕੀ ਯਾਰ ਮੈਂ ਹੋਰ ਤੂੰ ਕੰਮ ਮੇਰੇ ਨਾਲ ਕਰਨਾ ਕਿ ਨਹੀਂ ਕਰਨਾ ਚੌਧਰੀ ਸਾਹਿਬ ਖਲੋ ਯਾਰ ਮੈਂ ਕਰਨਾ ਕੀ 25000 ਨੂੰ ਕੀ ਕਰਾਂਗਾ ਮੈਂ ਉੱਥੇ ਯਾਰ ਗਾਰਡ ਕਰਨਾ ਕਾਹਦੀ ਗਾਡੀ ਕਰਾਂਗਾ ਮੈਂ ਕੀ ਕਾਹਦੀ ਰਖਵਾਲੀ ਕਰਾਂਗਾ ਮੈਂ ਪਲਾਟ ਦੀ ਪਲਾਟ ਦੀ ਵੀ ਚੁੱਕੇ ਨਾ ਲੈ ਜੇ ਭਾਈ ਜਿੱਡਾ ਵੀ ਤੂੰ ਪਲਾਟ ਦੱਸ ਰਿਹਾ ਨੂੰ ਰੱਸੀ ਬੰਨ ਕੇ ਪਿੱਛੇ ਨਾਲ ਲਈ ਫਿਰਿਆ ਕਰ ਨਹੀਂ ਨਹੀਂ ਉਹ ਫਿਰ ਭਾਰ ਬੋਤਾ ਹੋ ਜਾਂਦਾ ਭਾਰ ਬੋਤਾ ਲੈ ਯਾਰ ਕਰੋ ਕਰੋ ਫੈਸਲਾ ਯਾਰ ਕੁਛ ਸ਼ਰਮਿੰਦਾ ਨਹੀਂ ਹੋ ਰਿਹਾ ਯਾਰ ਉਹ ਰਾਤ ਪੈਣ ਲਈ ਮੈਂ ਗਾਰਡ ਦਾ ਕੁਝ ਕਰਨਾ ਤੁਸੀਂ ਆਪਣਾ ਫੈਸਲਾ ਕਰੋ ਨਹੀਂ ਉਹ ਭਾਈ ਅੱਗੇ ਤੁਸੀਂ ਪੁੱਛ ਰਹੇ ਸੀ ਨਾ ਵੀ ਇਹਨਾਂ ਭਾਈ ਨਾਲ ਰਹਿਣਾ ਕਿੱਥੇ ਵੇ ਗਾਰਡ ਨੇ ਹਾਂਜੀ ਤੀਸਰੀ ਮੰਜ਼ਿਲ ਤੇ ਇਹਨਾਂ ਦਾ ਮਕਾਨ ਹੈ ਨਹੀਂ ਉਹ ਕਹਦੇ ਵੀ ਥੱਲੇ ਫਰਸ਼ ਤੇ ਪੈ ਦੇਗਾ ਲੰਮਾ ਗਰਮੀਆਂ 'ਚ ਏਸੀ ਲੱਗਾ ਹੋਏਗਾ ਕਿੱਥੇ ਕਮਰੇ 'ਚ ਜਿਹੜਾ ਤੁਹਾਡਾ ਕੁਆਟਰ ਹੈ ਕਿੱਥੇ ਕਮਰਿਆਂ 'ਚ ਸਰਦੀਆਂ 'ਚ ਹੀਟਰ ਲੱਗਾ ਹੋਏਗਾ ਤੇ ਹਰ ਤਰ੍ਹਾਂ ਦੀ ਉੱਥੇ ਸਕੂਨ ਹੋਏਗਾ ਭਾਈ ਕਿੱਥੇ ਕਿੱਥੇ ਕਮਰਾ ਤੀਸਰੇ ਮੰਜ਼ਿਲ ਤੇ ਕਿੱਥੇ ਉਹ ਪਲਾਟ 'ਚ ਖਾਲੀ ਪਲਾਟ 'ਚ ਤੀਸਰੇ ਮੰਜ਼ਿਲ 'ਤੇ ਯਾਰ ਉਹ ਮੈਨੂੰ ਕੋ ਪੁੱਛੇਗਾ ਤੇ ਮੈਂ ਕੀ ਦੱਸਾਂਗਾ ਮੈਂ ਹਵਾ 'ਚ ਰਹਿਣਾ ਯਾਰ ਨਹੀਂ ਨਹੀਂ ਜਾ ਕੇ ਤੁਹਾਨੂੰ ਪਤਾ ਲੱਗਣਾ ਵੀ ਉੱਤੇ ਕੀ ਹਵਾ 'ਚ ਨਹੀਂ ਆਵਾਜ਼ ਨਹੀਂ ਪਾਈ ਉਹ ਭਾਈ ਜਦੋਂ ਉਹਦੇ ਕੋਈ ਸ਼ੈ ਹੀ ਕੋਈ ਨਹੀਂ ਤੀਸਰੀ ਮੰਜ਼ਿਲ ਕਿੱਥੋਂ ਆ ਗਈ ਯਾਰ ਯਾਰ ਪਲਾਟ 'ਚ ਉਹ ਤਾਂ ਕੋਈ ਹੈਗਾ ਹਿਸਾਬ ਕਿਤਾਬ ਤੂੰ ਜਾ ਕੇ ਵੇਖ ਯਾਰ ਉਹ ਯਾਰ ਮੈਂ ਆ ਕੇ ਖਲਾਈ ਮਖਲੂਕ ਕੋ ਜਾਣਾ ਯਾਰ ਮੈਂ ਤੇਰੇ ਕੋਲ ਜਾਣ ਜਾਣ ਲਿਆ ਵਾ ਜਾ ਤੂੰ ਇਨਸਾਨ ਹੈ ਜੀ ਇਨਸਾਨ ਆ ਤੁਸੀਂ ਵੀ ਇਨਸਾਨ ਜੀ ਉਹ ਯਾਰ ਭਾਈ ਇਨਸਾਨ ਦੇ ਹਾਂ ਵੇ ਯਾਰ ਕਿਵੇਂ ਦੀ ਗੱਲ ਕਰ ਰਿਹਾ ਯਾਰ ਤੂੰ ਆਪਣਾ ਬੋਰੀਆ ਬਿਸਤਰਾ ਲੈ ਲਓ ਲੈ ਯਾਰ ਮੈਂ ਤੈਨੂੰ ਮੰਗਣ ਵਾਲਾ ਲੱਗਣਾ ਯਾਰ ਬੋਰੀਆ ਬਿਸਤਰ ਅਸਲਾ ਹੈਗਾ ਤੁਹਾਡੇ ਕੋਲ ਗੱਲ ਹਾਂ ਸਾਰਾ ਕੁਝ ਹੀ ਅਸਲਾ ਕੀ ਉੱਥੇ ਮੈਂ ਜ਼ਮੀਨ ਦੇ ਵਿੱਚ ਫੇਰ ਮਾਰਾਂਗਾ ਅਸਲਾ ਹੈਗਾ ਤੁਹਾਡੇ ਹਾਂਜੀ ਸਾਰਾ ਕੁਝ ਹੀ ਹੈਗਾ ਹੈਗਾ ਨਾ ਹਾਂਜੀ ਤੂੰ ਗਾਰਡ ਕਰਦਾ ਰਾਤ ਜੇ ਅਗਰ ਨਹੀਂ ਹੈਗਾ ਨਹੀਂ ਚੌਧਰੀ ਸਾਹਿਬ ਮੈਂ ਨਹੀਂ ਜਾਣਾ ਮੈਂ ਤੁਹਾਡੇ ਕੋਲ ਹੀ ਯਾਰ ਜਾ ਯਾਰ ਕੰਮ ਕਰ ਜਾ ਕੇ ਖਾਲੀ ਪਲਾਟ ਦੀ ਰਖਵਾਲੀ ਕਰਾਣੀ ਯਾਰ ਮੰਜੀ ਤੁਸੀਂ ਆਪਣੀ ਲੈ ਕੇ ਆਉਣੀ ਹੈ ਕਿਤੇ ਮੰਜੀ ਤੁਸੀਂ ਆਪਣੀ ਤੇ ਜਿੱਥੇ ਤੀਸਰੀ ਮੰਜ਼ਿਲ ਤੇ ਤੂੰ ਮਕਾਨ ਦੇ ਰਿਹਾ ਉਹ ਤੇ ਮੰਜੀ ਨਹੀਂ ਢਵਾ ਸਕਦਾ ਨਹੀਂ ਨਹੀਂ ਮੰਜੀ ਹੀਟਰ ਲੱਗਾ ਤੇ ਏਸੀ ਲੱਗਾ ਤੇ ਤੀਸਰੀ ਮੰਜ਼ਿਲ ਤੇ ਪੌਦੇ ਤੂੰ ਭਾਈ ਜਾ ਹੁਣ ਸੋਹਣ ਦੀਆਂ ਗੱਲਾਂ ਚੌਧਰੀ ਸਾਹਿਬ ਮੈਂ ਮਾਜ਼ਰਤ ਕਰਨਾ ਤੁਹਾਡੇ ਕੋਲ ਐਵੇਂ ਪਤਾ ਨਹੀਂ ਕਿੱਥੋਂ ਆ ਗਿਆ ਬਿੱਲੀ ਲੱਭਣੀ ਹੈ ਉਹ ਭਾਈ ਕੋਈ ਸ਼ੈ ਹੋਵੇ ਤੇ ਚੋਰੀ ਹੁੰਦੀ ਹੈ ਜਿੱਥੇ ਸ਼ੈ ਹੀ ਕੋਈ ਨਹੀਂ ਉਹਦੇ ਕਾ ਤੂੰ ਘਰ ਗਾੜ ਰੱਖਿਆ ਹੈਗਾ ਤੀਸਰੀ ਮੰਜ਼ਿਲ ਹੈਗੀ ਪਲਾਟ ਕੋ ਮੋਢਿਆਂ ਚੁੱਕ ਲੈ ਚ ਲੈ ਲੈ ਗਏ ਨੇ ਲੈ ਉਹ ਪਲਾਟ ਕੋਈ ਕਾਰਪੇਟ ਹੈ ਜਿਹਨੂੰ ਫੋਲਡ ਕਰਕੇ ਮੋਢਿਆਂ ਦਰਾ ਲੇਗਾ ਮੇਰੀ ਬਿੱਲੀ ਦਾ ਫੈਸਲਾ ਵੀ ਹੋ ਲੈਣ ਦੇ ਯਾਰ ਕਿਸੇ ਪਾਸੇ ਸ਼ਾਮ ਪੀ ਉਹ ਯਾਰ ਚੌਧਰੀ ਸਾਹਿਬ ਬਿੱਲੀ ਲੈ ਕੇ ਬਹਿ ਗਈ ਯਾਰ ਉਧਰ ਦਿਮਾਗ ਖਰਾਬ ਕਰੀ ਜਾਂਦਾ ਯਾਰ ਉਹ ਤੇ ਸਹੂਲਤਾਂ ਦਿੰਦਾ ਤੂੰ ਵੇਖ ਸਹੂਲਤਾਂ ਮੈਂ ਤੈਨੂੰ ਕੀ ਨਾ ਲਾ ਤੂੰ ਤੇਰਾ ਦਿਲ ਮੰਨਦਾ ਤੂੰ ਜਾ ਕਿਉਂ ਜੀ ਹਾਂ ਜੀ 25000 ਤਨਖਾਹ ਹੈ ਉਹ ਯਾਰ 25000 ਨੂੰ ਮੈਂ ਕੀ ਕਰਾਂਗਾ ਯਾਰ ਚੌਧਰੀ ਸਾਹਿਬ ਸਮਝਾਓ ਯਾਰ ਇਹਨੂੰ ਮੈਂ ਕੀ ਸਮਝਾਵਾਂ ਮੈਂ ਤੈਨੂੰ ਮੈਂ ਤਾਂ ਆਰਡਰ ਰੱਖਣਾ ਫਿਰ 25000 ਰੁਪਇਆ ਘਰ ਆਉਂਦੇ ਨੇ ਰੋਟੀ ਪਾਣੀ ਇਹਨਾਂ ਦਾ ਉੱਥੇ ਵੇ ਸਿਗਰਟ ਪਾਣੀ ਇਹਨਾਂ ਦਾ ਉੱਥੇ ਵੇ ਠੀਕ ਹੈ ਰਹਿਣਾ ਇਹਨਾਂ ਨੂੰ ਉੱਥੇ ਵੇ 24 ਉਹ ਭਾਈ ਮੈਂ ਵੈਸੇ ਪਾਗਲ ਹੋ ਜਾਗਾ ਯਾਰ ਮੈਂ ਵੈਸੇ ਪਾਗਲ ਹੋ ਜਾਣਾ ਯਾਰ ਭਾਈ ਜਿਵੇਂ ਉਹ ਤੂੰ ਦੱਸ ਰਿਹਾ ਉੱਥੇ ਕੋਈ ਬੰਦਾ ਨਾ ਬੰਦੇ ਦੀ ਜਾਨ ਯਾਰ ਨਹੀਂ ਨਹੀਂ ਮੈਂ ਆਵਾਂ ਕਰਾਂਗਾ ਨਹੀਂ ਆਪਣੇ ਕੋ ਤੁਸੀਂ ਕੀ ਲੈਣਾ ਉਹਨਾਂ ਦਾ ਫਲਾ ਖਾਲੀ ਪਲਾਟ ਚ ਆ ਜਾਣਾ ਕਰਨਾ ਹਾਂਜੀ ਹਾਂਜੀ ਮੈਂ ਫੇਰਾ ਪੂਰਾ ਮਾਰਨ ਆਵਾਂ ਕਰਾਂਗਾ ਨਾ ਵਾਹ ਯਾਰ ਭਾਈ ਤੇਰਾ ਕੋਈ ਦਿਮਾਗ ਦਾ ਇਲਾਜ ਕਰਾ ਜਾ ਤੁਸੀਂ ਆ ਜਾ ਫਿਰ ਮੈਂ ਨਾਲ ਹੀ ਗੱਡੀ ਦੇ ਪਰ ਚੜ ਜਾਂਦੇ ਆ ਕਿੱਥੇ ਉਹ ਪਲਾਟ ਤੇ ਗੱਡੀ ਵੀ ਹੈ ਜਾਂ ਉੱਥੇ ਵੀ ਗੱਡੀ ਵੀ ਲੈਣੀ ਹੈ ਗੱਡੀ ਹੈਗੀ ਹੈ ਜਾ ਯਾਰ ਭਾਈ ਜਾ ਕੇ ਦਿਮਾਗ ਦਾ ਇਲਾਜ ਕਰਾ ਜਾ ਕੇ ਆ ਜਾ ਫਿਰ ਆਪਾਂ ਚੱਲ ਲਾਂਗੇ ਗੱਡੀ ਚੌਧਰੀ ਸਾਹਿਬ ਮੈਂ ਮਾਜ਼ਰਤ ਕਰਨਾ ਤੁਹਾਡੀ ਵਾਰਿਆ ਤੂੰ ਮੈਂ ਚੌਧਰੀ ਸਾਹਿਬ ਨਾਲ ਲੜਨ ਲੱਗਾ ਸਾਂ ਹੁਣ ਤੂੰ ਜਾ ਯਾਰ ਆ ਜਾ ਫਿਰ ਚੌਧਰੀ ਸਾਹਿਬ ਮੈਂ ਮਾਜ਼ਰਤ ਕਰਨਾ ਚੌਧਰੀ ਸਾਹਿਬ ਆਓ ਇੱਧਰ ਜਾਓ ਯਾਰ ਕੰਮ ਕਰ ਜਾ ਕੇ ਮੈਂ ਗੱਡੀ ਦੀ ਇੰਤਜ਼ਾਰ ਕਰ ਗੱਡੀ ਦੀ ਇੰਤਜ਼ਾਰ ਤੂੰ ਖਾਲੀ ਪਲਾਟ ਤੇ ਏਸੀ ਤੇ ਹੀਟਰ ਮੇਰੀਆਂ ਸਹੂਲਤਾਂ ਖਾਲੀ ਪਲਾਟ 'ਚ ਤੀਸਰੀ ਮੰਜ਼ਿਲ ਕਿਹੜੀ ਹੁੰਦੀ ਯਾਰ ਤੂੰ ਤੁਹਾਡੇ ਵਰਗੇ ਲੋਕ ਬੰਦੇ ਵਿਗਾੜਦੇ ਨੇ ਅਮਰਦਪੁਰ ਚ ਲੈਣਾ ਮੈਂ ਮੇਰਾ ਘਰ ਮੈਂ ਆਓ ਮੇਰੇ ਨਾਲ ਉਹ ਜਾ ਯਾਰ ਤੇਰੀ ਵਜ੍ਹਾ ਤੋਂ ਮੈਡਾ ਸੋਣਾ ਚੌਧਰੀ ਛੱਡ ਕੇ ਚੱਲਾ ਸਾ ਉਹ ਤੇਰੀ ਜਗ੍ਹਾ ਵੇਖ ਡਰ ਗਿਆ ਵੀ ਸਾਹ ਪਲਾਟ ਮੈਂ ਕੀ ਕਰਾਂਗਾ ਯਾਰ ਉੱਥੇ ਮੈਂ ਕਰਾਂਗਾ ਕੀ ਯਾਰ ਚੌਧਰੀ ਸਾਹਿਬ ਮੈਂ ਤੇ ਸਕੂਟੀ ਗਾਰਡ ਕਰਨਾ ਤੁਸੀਂ ਹੋਰ ਕੀ ਕਰਦੇ ਤੁਸੀਂ ਸਕੂਟੀ ਗਾਰਡ ਜੇ ਕਾਦੀ ਤੁਸੀਂ ਮਦਾਰੀ ਜੇ ਉਹ ਯਾਰ ਸਾਨੂੰ ਚੌਧਰੀ ਸਾਹਿਬ
ਮੈਂ ਤੇ ਅੰਦਰ ਆਪਣੇ ਕਮਰੇ ਏਸੀ ਚਲਾ ਕੇ ਸੋਣਾ ਕਰਨਾ ਯਾਰ ਗਰਮੀਆਂ ਸਰਦੀਆਂ ਹੋਏ ਤੇ ਹੀਟਰ ਚਲਾ ਕੇ ਸੋਣਾ ਕਰਨਾ ਇਹ ਪਲਾਟ ਦਾ ਧਿਆਨ ਕਰੇਗਾ ਯਾਰ ਕੀ ਬਾਰ ਬਾਰ ਕਹਿ ਰਿਹਾ ਜਦੋਂ ਮੈਂ ਆਇਆ ਤੇ ਟੀ 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 ਕਰਾਂਗੇ ਤੇ ਮੈਂ ਬੂਆ ਖੋਲ ਦੇ ਉਹ ਬੂਆ ਖਾਲੀ ਪਲਾਟ ਤੇ ਬੂਆ ਖੋਲ ਲੈਂਦਾ ਯਾਰ ਨਹੀਂ ਨਹੀਂ ਬੂਆ ਰੱਖਿਆ ਰਿਮੋਟ ਕੰਟਰੋਲ ਲੈ ਇਹਨੇ ਆਪਣੇ ਕੈਬਨ 'ਚ ਬੈਠਿਆ ਹੋਣਾ ਪਲਾਟ ਦਾ ਬੂਆ ਦਾ ਬਟਨ ਦਬਾ ਦੇਣਾ ਦਰਵਾਜ਼ਾ ਖੁੱਲ ਜਾਣਾ ਮੈਨੂੰ ਤੁਹਾਡੀ ਸਮਝ ਨਹੀਂ ਲੱਗਦੀ ਭਾਈ ਜੀ ਯਾਰ ਪਲਾਟ ਦਾ ਬੂਆ ਪੂਰਾ ਦੱਸਦਾ ਯਾਰ ਪਲਾਟ ਸਾਫ਼ ਹੈ ਹਾਂਜੀ ਤਿੰਨ ਮੰਜ਼ਿਲਾ ਹੀ ਬਣ ਗਿਆ ਜਾ ਯਾਰ ਭਾਈ ਤੇ ਆ ਜਾ ਗੱਡੀ ਮੈਂ ਇੰਤਜ਼ਾਰ ਕਰ ਯਾਰ ਮੈਂ ਚੱਲ ਚੱਲ ਤੁਹਾਡੇ ਨਾਲ ਯਾਰ ਉਹ ਭਾਈ ਜਾ ਯਾਰ ਹੈਲੋ ਜਾ ਯਾਰ ਚੱਲ ਚੱਲ ਮੈਂ ਮਾਰ ਰਿਹਾ ਗੱਡੀ ਮੈਂ ਮਾਫੀ ਮੰਗ ਰਿਹਾ ਜਾ ਯਾਰ ਚੱਲ ਚੱਲ ਯਾਰ ਜਾ ਆਓ ਚੱਲ ਬਿਸਤਰਾ ਲੈ ਆਓ ਬਿਸਤਰਾ ਚੱਲ ਯਾਰ ਆ ਜਾਓ ਐਬੈ ਯਾਰ ਆਰਾਮ ਨਾਲ ਕੰਮ ਕਰ ਯਾਰ ਕੀ ਬਾਰ ਬਾਰ ਕਹਿ ਰਿਹਾ ਜਦੋਂ ਮੈਂ ਆਇਆ ਤੇ ਟੀ 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 ਕਰਾਂਗੇ